Chakra chihne har varn jat Har paath nihin jay Roop rang ar rekh pekh Ko kahna sakt ke चल मूर्त अनुपव प्रकाश अमितो युक जय कोट इंद्र इंद्रान साहे सहान गुण जय तिर पवन मिहि पसर नर असर नेत नेत वन तिरन कहत कह सर्व नाम कथ कवन कर्म नाम वर्णत समत हस कृपान खंडो खड़ग तवक तवरी अर्ची सैफ सरोही सहथी जह हमारे पी तीर तुही सची तुही तुही तवर तरवार नाम तिहारो जो जपे पै सिंध पव पार काल तुही काली तुही तुही तेग अरती तुही निशानी जीत की आज तुही जग वीर खड़ग केत मैं शरण तिहारी आप हाथ दै लिहु वारी सर्व ठाउर मोह सहाई दुष्ट दोख ते लिहु बिचाई नमस्कार श्री खड्ग को करो सोहित चित लाय पूर्ण करो ग्रंथे तुम करो सहाय मुकुचरा शास्त्र खट पिंग गिरन चढ़ जाय अंध लखाय बदरो सुने जाओ काल कृपा कराय पहा बुद्ध प्राव तुष्य हमारी बरन सके महिमा जो तिहारी हम न सकत कर सिफत तुम्हारी आप लेहो तम कथा सुधारी हम न सकत कर सिफत तुम्हारी आप लेहो तम कथा सुधारी वाहे गुरु साहिब जीओ चौपाई शंखासुर दानव पुन पयो बहुबिद कै जग को दुख दयो मच अवतार आप पुन तरा आपन जाप आप मोकरा चौपाई शंखासुर दानव पुन पयो
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਕਿਰਪਾ ਨਾਲ, ਬਖਸ਼ਿਸ਼ ਤੇ ਰਹਿਮਤ ਨਾਲ, ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਾਨੀ ਮਹਾਨ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਲੜੀਵਾਰ ਰੂਪ ਵਿੱਚ ਕਰ ਕਰਾ ਰਹੇ ਹਾਂ। ਕੱਲ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਆਪ ਜੀ ਨੇ 24 ਅਵਤਾਰਾਂ ਦੀ ਕਥਾ ਵਾਰਤਾ ਖੁਲਾਸੇ ਨਾਲ ਵੀ ਤੇ ਸੰਖੇਪ ਰੂਪ ਦੇ ਵਿੱਚ ਵੀ ਬਾਣੀ ਰੂਪ ਵਿੱਚ ਉਚਾਰਨ ਕਰਕੇ ਲਿਖੀ, ਉਹਦੀ ਪ੍ਰਾਰੰਭਤਾ ਕੀਤੀ ਹੈ। ਆਪ ਜੀ ਨੇ ਆਪਣੇ ਜਿਹੜੇ ਨਾਂ ਹੈ ਜੋ ਲਾਡ ਨਾਲ ਪਿਆਰ ਨਾਲ ਮਾਤਾ ਗੁਜਰੀ ਜੀ ਨੇ ਤਸਾ ਦਾਦੀ ਨਾਨਕੀ ਜੀ ਨੇ ਰੱਖੇ ਸਨ, ਉਹਨਾਂ ਨੂੰ ਤਖਲਸ ਰੂਪ ਦੇ ਵਿੱਚ ਵਰਤਿਆ ਹੈ। ਕਿਤੇ ਕਿਸੇ ਆਪਣਾ ਨਾਮ ਵੀ ਗੋਬਿੰਦ ਦਾਸ ਤੁਹਾਰ ਵੀ ਕਿਹਾ ਹੈ। ਉਹ ਲਦਾਈ ਕਿਆਰੇ ਸੰਤ ਮਹਾਂਪੁਰਸ਼ ਸੰਤ ਬਾਬਾ ਨਰਾਇਣ ਸਿੰਘ ਜੀ, ਇਹ ਜਿਹੜਾ ਸ਼ਿਆਮ ਜਾਂ ਰਾਮ ਹੈ, ਜਿੱਥੇ ਮਾਤਾ ਗੁਜਰੀ ਦਾ ਇਹ ਲਾਡਲਾ ਨਾਂ ਹੈ, ਉੱਥੇ ਵਿਸ਼ੇਸ਼ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਦਾਦੀ ਨਾਨਕੀ ਜੀ ਸੀ, ਉਹਨਾਂ ਨੇ ਰੱਖਿਆ ਸੀ। ਆਪਣੇ ਪੋਤਰੇ ਦਾ ਜਿਹੜਾ ਨਾਮ ਹੈ ਉਹ ਗੋਬਿੰਦ ਰਾਮ ਕੱਟ ਲੈਂਦੇ ਸਨ। ਕਾਰਨ ਇਹ ਸੀ ਕਿ ਨਾਨਕੀ ਜੀ ਦੇ ਪਤੀ ਦਾ ਨਾਂ ਹਰਗੋਬਿੰਦ ਸਾਹਿਬ ਸੀ। ਪਤੀ ਦੇ ਨਾਮ ਦੇ ਵਿੱਚ ਗੋਬਿੰਦ ਪਦ ਆਉਂਦਾ ਸੀ। ਉਹ ਪਿਛਲਿਆਂ ਸਮਿਆਂ ਵਿੱਚ ਇਸ ਤਰ੍ਹਾਂ ਦਾ ਕੁਝ ਰਿਵਾਜ ਜਿਹਾ ਸੀ, ਜਿਹੜੀਆਂ ਪਤਵਰਤਾ ਇਸਤਰੀਆਂ ਹੁੰਦੀਆਂ ਸੀ ਆਪਣੇ ਪਤੀ ਦਾ ਨਾਮ ਕੱਟ ਲੈਂਦੀਆਂ ਸੀ। ਆਪਣਾ ਜਿਹੜਾ ਕੋਈ ਉਹਦਾ ਭਰਾ ਹੋਵੇ, ਦਿਓਰ ਜੇਠ ਹੋਵੇ, ਉਹਦੇ ਰਾਹੀਂ ਤਾਂ ਕੁਝ ਕਹਿ ਦੇਣਾ ਵੀ ਉਹ ਜਿਹੜੇ ਖੜੇ ਹੈ, ਜਿਵੇਂ ਉਹ ਸੀਤਾ ਤੋਂ ਪੁੱਛਿਆ ਸੀ ਵੀ ਤੇਰੇ ਜਿਹੜੇ ਮਾਲਕ ਇਹਨਾਂ ਵਿੱਚੋਂ ਕਿਹੜੇ ਹੈ, ਫਿਰ ਉਹ ਵੀ ਆ ਸੱਜੇ ਪਾਸੇ ਜਿਹੜੇ ਆ ਇਸ ਰੰਗ ਵਾਲੇ ਇਸ ਨਕਸ਼ਨਾਂ ਵੇਲੇ ਬੈਠੇ ਖੜੇ ਹੈ, ਇਹ ਮੇਰੇ ਦਿਓਰ ਲੱਗਦੇ ਹੈ। ਉਹ ਤਾਂ ਦੂਜੀਆਂ ਉਹ ਸਾਰੀਆਂ ਸਮਝਣੀਆਂ ਵੀ ਜਿਹੜਾ ਨਾਲ ਖੜਾ ਇਹਦਾ ਮਾਲਕ ਹੈ ਰਾਮ। ਅੱਜ ਕੱਲ੍ਹ ਦੀਆਂ ਤਾਂ ਨਹੀਂ, ਇਹ ਤਾਂ ਜਾਣੀ ਪਿਛਲੇ ਸਮੇਂ ਸੀ, ਅੱਜ ਕੱਲ੍ਹ ਦੀਆਂ ਤਾਂ ਸਲੋਕ ਹੀ ਸੁਣਾਉਂਦੀਆਂ, ਕੋਈ ਕੋਈ ਹੋਊਗੀ ਨਹੀਂ ਤਾਂ ਪਾਣੀ ਕੇ ਮਾਰ ਪਾਥਰ ਮਾਰਤ ਮਾਰਤ ਕਿਦੋਂ ਕਰਨਾ ਹਰਾਨੀ, ਵੀ ਜੇ ਪਾਣੀ ਮੰਗੀ ਉਹਦਾ ਨਾਂ ਲੈ ਕੇ ਕਹਿੰਦੇ ਤੇਰੇ ਮਾਰਦੀ ਸਿਰ ਚ ਪੱਥਰ, ਤੇਰੇ ਹੱਥ ਟੁੱਟੇ, ਇਹਨਾਂ ਦੇ ਪੀ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਕਲਯੁਗ ਦੀਆਂ ਜੋਰੂ ਜਿੰਨਾ ਦਾ ਸਿਕਦਾਰ ਥਾਣੇਦਾਰੀਆਂ ਹੈਗੀਆਂ, ਕਹਿੰਦੇ ਘਰ ਵਿੱਚ ਵਿਆਹ ਕੇ ਇਸਤਰੀ ਲਿਆਂਦੀ ਕਿ ਸ਼ੇਰਨੀ ਜੰਗਲ ਵਿੱਚੋਂ ਫੜ ਲਿਆਂਦੀ ਕਰਕੇ ਭਗਤ ਨਾ ਜੀ ਕਿਹਾ ਤਰਕੀ ਜੀ ਹਨ ਚੰਗੀ, ਪਰਮੇਸ਼ਰ ਘਰ ਵਾਲੀ ਚੰਗੀ ਸੁਭਾਅ ਵਾਲੀ ਦਿਓ ਤਾਂ ਕਿ ਆਏ ਗਏ ਸਾਧੂ ਦੀ ਉਹ ਸੇਵਾ ਕਰੇ, ਜਿੱਥੇ ਪ੍ਰਾਹੁਣੇ ਆ ਜਾਣਗੇ ਉਹ ਕੁੱਤਿਆਂ ਬਿੱਲਿਆਂ ਦੇ ਵੀ ਉਹਨੂੰ ਗੱਲਾਂ ਗਾਲਾਂ ਕੱਢੇ ਵੀ ਕਿੱਧਰੋਂ ਆ ਗਏ ਨੇ। ਇਸ ਕਰਕੇ ਜਾਣੀਆਂ ਪਹਿਲਾਂ ਜਿਹੜੀਆਂ ਸਿਆਣੀਆਂ ਪਤਵੇ ਇਸਤਰੀ ਇਸਤਰੀਆਂ ਹੁੰਦੀਆਂ ਸੀ, ਉਹ ਆਪਣੇ ਪਤੀ ਦਾ ਨਾਮ ਲੈਣ ਵੱਲੋਂ ਵੀ ਸਤਿਕਾਰ ਵਜੋਂ ਸੰਕੋਚ ਕਰਦੀਆਂ ਸਨ। ਉਸ ਪ੍ਰਥਾ ਨੂੰ ਕਾਇਮ ਰੱਖਦਿਆਂ ਮਾਤਾ ਜੀ
नानकी दादी जी ने भी कि मेरे पति दा नाम पोतरे दे पद विच आंदा गोबिंद आंदा है। इस करके फिर दादी जी ने ना आप जी दा राम श्याम रखिया, मेरे श्याम आ मेरे राम। इस तरह है फिर गुरु गोबिंद सिंह साहब महाराज ने अपने दादी दे जिहड़े लाडले ना रखे है, इस तरह फिर अपने पति दा नाम लैण संकोच करदे रहे। चलो आपां इन्हां नूं तां खलस रूप विच वरत लैने, दादी दे रखे हुए नामां नूं आप जी ने तां खलस रूप विच वरत लिया है। इस करके आप जी की बाणी विच ज्यादातर राम जां श्याम आया है। कल भी आपां जदों बाणी शुरू कीती है उहदे विच इही आया है, वर्णर श्याम जथा मत पाई। ये श्याम कवि कथन कर रहा है जिस दिन बुद्धि भी चंगा लग रहा है। ये दादी जी का नाम आप जी ने तो खल शुरू विच वरत लिया है, अगे जाके किते राम भी आएगा। ये कहो भी महाराज ने अपने आप नू कवि क्यों कहा, महाराज तो समर्थ गुरु जी पूजनीक सीगे। इधर श्री गुरु ग्रंथ साहिब की बाणी पढ़िए, गुरु नानक साहब महाराज जी ने अपने आप नू भी नानक सायर एव कहत है। इसे सहरदार कविता करने वाला जिहड़ा कवि है, ये कवि कह रहे हैं। किसे अपना महाराज ने ना ढाठी कहा है, यश करन वाला कीर्तन करन वाला। इस तरह महाराज ने भी वो तखलसे वालों राम श्याम वरत लिया है। वो आप चौबी अवतारा की जिहड़ी कथा की प्रारंभता विच गुरु गोबिंद सिंह साहब महाराज जी ने और संसारी लोगों के संबंध में कोई लफ्ज कह भी ये किवें पखंड करते ने, इस तरह परमेश्वर के ना ये बखरे बखरे क्यों पै गए, बेअंत ना वो क्यों पै, करना रसो का ना क्यों पिया है, अलेख या अलख वह क्यों पिया है, दीन बंधु का ना क्यों पिया है, संकट हरण क्यों नाम पिया है। ये सारे खोल खोल के आप जी ने दस्यो, कल आप सारे विचार रूप विच पढ़ सुन ले सन। जिवें सतयुग दे समय दे विच पहला विष्णु दा मच्छ अवतार होया सी, इस युग के समय विच ब्रह्मा का कल्प दिन पूरा हो गया सी। ते फिर कल्प रात चलती है, जिन्ना कल्प दिन बड़ा है ब्रह्मा का उन्नी रात भी कल्प दिन की बड़ी है। कहने इस तरह जदों ब्रह्मा का कल्प दिन पूरा हो गया ते कल्प रात शुरू हो गई, फिर ब्रह्मा लंबिया तान के पै गया सौ गया। सुते हुए नु देख के जिहड़ा संखासर दैन संख विचों पैदा होया सी, इस तरह के प्रसंग जे ने एक सत वरत राज लिखी होया है। वो एक बारी करमा नदी से जाके जलांजलि कर रहा सी, यानी जल विच बुक लैके
ਕੋਈ ਮੰਤਰ ਜਾਂ ਪੜ੍ਹ ਕੇ ਸੂਰਜ ਨੂੰ ਪਾਣੀ ਦੇਣਾ ਜਾਂ ਪਿਤਰਾਂ ਨੂੰ ਦੇਣਾ ਜਾਂ ਦੇਵਤਿਆਂ ਨੂੰ ਦੇਣਾ ਇੱਕ ਹੁੰਦੀ ਜਲਾਂਜਲੀ ਜਲ ਬੁੱਕ ਭਰ ਕੇ ਫਿਰ ਕਿਸੇ ਦੇਵੀ ਦੇਵਤੇ ਨੂੰ ਅਰਪਣਾ ਇੱਕ ਹੁੰਦੀ ਜਲਾਂਜਲੀ ਹੱਥ ਵਿੱਚ ਤਿਲ ਜੇ ਲੈ ਕੇ ਬੁੱਕ ਵਿੱਚ ਤਿਲ ਜੇ ਲੈ ਕੇ ਜਿਹੜਾ ਕੋਈ ਆਪਣਾ ਬਜ਼ੁਰਗ ਮਰ ਚੁੱਕਿਆ ਉਹਦੇ ਨਿਮਿੱਤ ਉਹ ਐਸਾ ਕੁਛ ਕਰਦੇ ਕਰਾਉਂਦੇ ਨੇ ਹਿੰਦੂ ਸਨਾਤਨ ਮਤ ਵਾਲੇ ਉਹ ਜਲ ਬੁੱਕ ਭਰ ਕੇ ਉਹਨੂੰ ਜਲਾਂਜਲੀ ਕਹਿ ਦਿੰਦੇ ਤੇ ਬੁੱਕ ਭਰ ਕੇ ਤਿਲ ਤੇ ਫਿਰ ਉਹ ਦੇਣੇ ਕਿਸੇ ਦੇ ਨਿਮਿੱਤ ਨੂੰ ਤਿਲਾਂਜਲੀ ਦਿੰਦੇ ਨੇ ਕਹਿੰਦੇ ਵੀ ਤਿਲਾਂਜਲੀ ਦੇ ਤਿਲਾਂ ਦੀ ਬੁੱਕ ਭਰਾ ਦੇ ਰਹੇ ਹਾਂ ਜਿਸ ਵੇਲੇ ਉਹ ਜਲਾਂਜਲੀ ਦੇ ਰਿਹਾ ਸੀ ਜਾਣੀ ਪਾਣੀ ਦਾ ਬੁੱਕ ਭਰ ਭਰ ਕੇ ਦੇ ਰਿਹਾ ਸੀ ਆਪਣੇ ਇਸ਼ਟ ਨੂੰ ਇਹ ਕਹਿੰਦੇ ਉਹ ਬੁੱਕ ਦੇ ਵਿੱਚ ਛੋਟੀ ਜਿਹੀ ਮੱਛੀ ਆ ਗਈ ਤੇ ਇਹਨੇ ਉਹ ਮੱਛੀ ਜੀ ਸਿਰ ਦੀ ਉਹਨੇ ਕਹਿੰਦੇ ਵੀ ਇੱਥੇ ਨਾ ਮੈਨੂੰ ਸੁੱਟ ਇਹ ਜੀਵ ਜਿਹੜੇ ਹੈ ਮੈਨੂੰ ਬਹੁਤ ਤੰਗ ਕਰ ਰਹੇ ਹੈ ਕਹਿੰਦੇ ਉਸਨੇ ਫਿਰ ਉਹ ਸਤ ਭਰਤ ਰਾਜ ਰਿਖੀ ਨੇ ਉਹ ਜਿਹੜੀ ਛੋਟੀ ਜਿਹੀ ਮੱਛੀ ਸੀ ਉਸਨੂੰ ਆਪਣੇ ਪਾਣੀ ਵਾਲਾ ਜਿਹੜਾ ਘੁਮੰਡਲ ਉਹਦੇ ਵਿੱਚ ਪਾ ਲਿਆ ਤੇ ਉਹ ਘੁਮੰਡਲ ਵਿੱਚ ਦੇਖਦਿਆਂ ਦੇਖਦਿਆਂ ਮੱਛੀ ਬਹੁਤ ਵੱਧ ਗਈ ਵਧੀ ਦੇਖ ਕੇ ਉਹਨੇ ਕਹਿੰਦੇ ਖੂਹ ਦੇ ਵਿੱਚ ਉਹਨੂੰ ਸੁੱਟ ਦਿੱਤਾ ਫਿਰ ਖੂਹ ਵਿੱਚ ਵੀ ਨਾ ਮੱਛੀ ਸਮਾਵੇ ਫਿਰ ਉੱਥੋਂ ਚੁੱਕ ਕੇ ਵੱਡੇ ਸਾਰੇ ਤਲਾਅ ਵਿੱਚ ਉਸਨੂੰ ਪਾ ਦਿੱਤਾ ਉਹ ਤਿੰਨ ਘੜੀਆਂ ਵਿੱਚ ਕਹਿੰਦੇ ਮੱਛੀ ਬਹੁਤ ਤਕੜੀ ਫੈਲ ਗਈ ਫਿਰ ਦੇਖ ਕੇ ਡਰਿਆ ਬੇਨਤੀਆਂ ਕਰਨ ਲੱਗਿਆ ਵੀ ਤੁਸੀਂ ਕੋਈ ਅਵਤਾਰ ਹੋ ਜੀ ਮੱਛੀ ਨੇ ਆਵਾਜ਼ ਦਿੱਤੀ ਵੀ ਐ ਸਤ ਵਰਤ ਰਾਜ ਰਿਖੀ ਅੱਜ ਤੋਂ ਸੱਤਵੇਂ ਦਿਨ ਇੱਥੇ ਇੱਕ ਬੇੜੀ ਆਵੇਗੀ ਤੇਰੇ ਕੋਲ ਇਸ ਤਰ੍ਹਾਂ ਤੂੰ ਬੇੜੀ ਵਿੱਚ ਬੈਠ ਵੀ ਜਾਣਾ ਇੱਕ ਮੱਛ ਆਏਗਾ ਉਹਦੇ ਨਾਲ ਜਿਹੜੀ ਉਹਦਾ ਸਿੰਘ ਜਿਹਾ ਹੋਊਗਾ ਮੱਛ ਦਾ ਉਹ ਸਿੰਘ ਨਾਲ ਬੇੜੀ ਨੂੰ ਬੰਨ ਦੇਣਾ ਇਸ ਤਰ੍ਹਾਂ ਕਹਿੰਦੇ ਮੱਛੀ ਉਹ ਕਹਿ ਕੇ ਅਲੋਪ ਹੋ ਗਈ ਫਿਰ ਸੱਤਵੇਂ ਦਿਨ ਜਾਣੀ ਜਿਹੜੇ ਹੇਠਲੇ ਉੱਪਰਲੇ ਲੋਕ ਆ ਉਹਨਾਂ ਵਿੱਚ ਜਲ ਹੀ ਜਲ ਹੋ ਗਿਆ ਫਿਰ ਉਹ ਇਹਦੇ ਵੇਖਦਿਆਂ ਵੇਖਦਿਆਂ ਧਿਆਨ ਧਰਦਿਆਂ ਧਰਦਿਆਂ ਇੱਕ ਬੇੜੀ ਆਈ ਸੱਤਾਂ ਰਿਖੀਆਂ ਦੇ ਸਹਿ ਤੇ ਜਿਹੜਾ ਸੱਤ ਵਰਤ ਰਾਜ ਰਿਖੀ ਸੀ ਉਹਦੇ ਵਿੱਚ ਬੈਠ ਗਿਆ ਫਿਰ ਬੇੜੀ ਚੱਲੀ ਹੈ ਇੱਧਰ ਉੱਧਰ ਤੇ ਕੁਝ ਸਮੇਂ ਤੋਂ ਬਾਅਦ ਇੱਕ ਬੜਾ ਸਾਰਾ ਮਸ਼ ਜਿਹੜੇ ਮੱਥੇ ਤੇ ਸਿੰਘ ਹੈ ਸਿਰ ਵਿੱਚ ਸਿੰਘ ਹੈ ਉਹ ਆਇਆ ਬੇੜੀ ਵੱਲ ਉਹ ਸੱਤ ਵਰਤ ਰਾਜ ਰਿਖੀ ਦੇ ਕਹਿਣ ਮੁਤਾਬਕ ਇਹਨੇ ਉਹਦੇ ਸਿੰਘ ਨਾਲ ਬੇੜੀ ਬੰਨ ਦਿੱਤੀ ਇਸ ਤਰ੍ਹਾਂ ਕਹਿੰਦੇ ਫਿਰ ਉਹ ਜਿਹੜੀ ਬੇੜੀ ਆ ਨੂੰ ਚਲਾਉਂਦਾ ਚਲਾਉਂਦਾ ਅੱਗੇ ਲੈ ਗਿਆ ਫਿਰ ਇਸ ਦੇ ਪੇਟ ਵਿੱਚੋਂ ਹੀ ਉਹ ਪ੍ਰਗਟ ਹੋ ਗਿਆ ਮੱਛ ਅਵਤਾਰ ਇਸ ਸੰਖ ਦੇ ਪੇਟ ਵਿੱਚੋਂ ਇਉਂ ਫਿਰ ਜਿਹੜਾ ਇਹ ਬ੍ਰਹਮਾ ਕਲਪਰਾਤ ਸ਼ੁਰੂ ਹੋਣ ਕਰਕੇ ਸੁੱਤਾ ਪਿਆ ਸੀ ਜਿਹੜਾ ਸੰਖਾਸਰ ਨੇ ਤੇ ਜਿਹੜਾ ਪੈਦਾ ਹੋਇਆ ਸੀ ਨਾ ਸੰਖ ਵਿੱਚੋਂ ਫਿਰ ਦੇਵਤਿਆਂ ਨਾਲ ਜੰਗ ਕੀਤਾ ਜੰਗ ਕਰਕੇ ਦੇਵਤਿਆਂ ਨੂੰ ਭਜਾ ਦਿੱਤਾ
ब्रह्मा ने जिहड़े चार वेद सी वो ब्रह्मा नूं सुता दे के चुक के ते छेवें पताल विच चलिया गया सी हेठां चलिया गया सी तै ते जदों ब्रह्मा जागया पता लग्या फिर उन्हें बेनतियां कीतियां भगवान मेरे कोई वेद ही ले गया सुते पे तुसीं कृपा करो मेरे बेद नूं लिया के दिओ ब्रह्मा की बेनती देवतियां की बेनती सुन के फिर मछ अवतार पहला होया सी वे सब तो पहला जिहड़ा सरजग विच मछ अवतार होया तां संख दैत नूं जिहनूं मारिया जिहदा नां है ग्रीव करके भी लिखिया है शंखासुर दैत भी लिखिया है ग्रीव भी लिखिया है रो विचार गुरु कलगीधर जी कहंदे है भी सब तो पहला पुना जिहड़ा शंखासुर दैत होया बहुबिद कै जग को दुख दयो उसने पैदा हुंदिया सार बहुत तरह कर संसार दे लोकां नूं देवतियां नूं दुख दित्ता तंग कीता मछ अवतार आप पुन धरा उधर भगवान विष्णु जी ने ब्रह्मा देवतियां दी पुकार सुन के आप उन्हां कहंदे मछ अवतार धारण कीता आपन जाप आप मोह करा फिर अपना जिहड़ा जाप है आप ही कीता अपने अपने जाप नूं आप ही करन लग्या अपना नाम आप ही जपन लग्या है चौपाई पृथ्वी तुच्छ मीन बप धरा पहला सावें छोटा जाप कहंदे मछ दा जिहड़ा बप की शरीर है वो भगवान विष्णु ने धारण कीता सी पैठ समुंदर चक चोरन करा फिर कहंदे जिहड़ा मछ दा छोटा जिहा शरीर सी ओ समुंदर दे विच पैठ के प्रवेश हो गया समुंदर दे विच मछ बढ़ गया ते समुंदर चो घोरन करा समुंदर नूं चक चोलना कीता हलाया चलाया पुन पुन करत पयो विस्थारा हाँ बार बार कहंदे जिहड़ा मछ है वो अपना विस्तार करन लग्या बहुत बड़ा उन्हें फैला कर लिया बड़ा सारा बन गया शंखासुर तब कोप बिचारा ये जिहड़ा शंखासुर दैत है ये समुंदर विच ही रह रहा सी बिचारे बेद लै के कहंदे शंखासुर ने तदों कहंदे ਵੀ ਐਸਾ ਕੁਝ ਵਿਚਾਰ ਕੇ ਗੁੱਸਾ ਜਾ ਕੀਤਾ ਵੀ ਆਹ ਕਿਹੜਾ ਸਮੁੰਦਰ ਨੂੰ ਹਲਾਈ ਚਲਾਈ ਜਾਂਦਾ ਹੈ ਭੁਜੰਗ ਪਰਿਆਤ ਛੰਦ ਤਬੈ ਕੋਪ ਗਰਜਿਓ ਬਲੀ ਸੰਖ ਬੀਰੰ ਸੇਵੜੇ ਗੁੱਸਾ ਕਰਕੇ ਜਿਹੜਾ ਸੂਰਬੀਰ ਸੰਖਾਸਰ ਬਲੀ ਦੈਂਤ ਹੈ ਉਹ ਗਜਿਆ ਗਰਜਿਆ ਹੈ ਧਰੇ ਸ਼ਸਤਰ ਅਸਤਰੰ ਸਜੇ ਲੋਹ ਚੀਰੰ ਆਪਣੇ ਸਰੀਰ ਤੇ ਕਹਿੰਦੇ ਸ਼ਸਤਰ ਤੇ ਅਸਤਰ ਧਾਰਨ ਕਰ ਲਏ ਹਨ ਚੱਕਰ ਤੀਰ ਲੈ ਲਏ ਸ਼੍ਰੀ ਸਾਹਿਬ ਆਦਿਕ ਲੈ ਲਏ ਤੇ ਲੋਹੇ ਦੇ ਚੀਰੇ ਬਸਤਰ ਸੰਜੋ ਆਦਿਕ ਸੰਜਾ ਲਏ ਹਨ ਚਤੁਰ ਵੇਦ ਪਾਤੰ ਕੀਓ ਸਿੱਧ ਮਦੰ ਇਸ ਤਰ੍ਹਾਂ ਕਹਿੰਦੇ ਜਿਹੜੇ ਚਾਰੇ ਵੇਦ ਆ ਉਹਨਾਂ ਨੂੰ ਸਮੁੰਦਰ ਦੇ ਵਿੱਚ ਉਸਨੇ ਆਤੰਕੀਏ ਪਾ ਦਿੱਤਾ ਸੀ ਰੱਖ ਦਿੱਤਾ ਸੀ ਤਰਸਿਓ ਅਸ਼ਟ ਨੈਨੰ ਕਰਿਓ ਜਾਪ ਸੁਦੰ ਹਾਂ ਜਿਸ ਕਰਕੇ ਬ੍ਰਹਮਾ ਨੇ ਜਾ ਕੇ ਇਹ ਜਦੋਂ ਲੈ ਗਿਆ ਵੇਦ ਬੜਾ ਡਰਿਆ ਸੀ ਤੇ ਉਹ ਚਾਰੇ ਵੇਦ ਵਾਪਸ ਲਿਆਉਣ ਵਾਸਤੇ ਜਿਹੜਾ ਸ਼ੁੱਧ ਸਰੂਪ ਹੈ ਅਕਾਲ ਪੁਰਖ ਵਾਹਿਗੁਰੂ ਹੈ ਉਹਦਾ ਜਾਪ ਕੀਤਾ ਸੀ ਭੁਜੰਗ ਪਰਿਆਤ ਛੰਦ ਤਬੈ ਸੰਭਰੇ ਦੀਨ ਹੇਤੰ ਦਿਆਲੰ ਉਸੇ ਵੇਲੇ ਕਹਿੰਦੇ ਜਿਹੜੇ ਦਿਆਲੂ ਹੈ ਗਰੀਬਾਂ ਦੇ ਨਾਲ ਹੇਤ ਪ੍ਰੇਮ ਕਰਨ ਵਾਲੇ ਹੈ ਉਹਨਾਂ ਨੇ ਕਹਿੰਦੇ ਸੰਭਲੇ ਕੀ ਸੰਭਾਲਿਆ ਹੈ ਘਰੇ ਲੋਹ
क्रोहं कृपा कै कृपालं यो कृपालु कृपा करन वाले हन ओ गुस्से दे विच भरिया होया ने लोह तरे लोहे दे शस्त्र धारण कर ले लोहेरिया संजोआ धारण कर लिया हन महा अस्त्र पातं करे शस्त्र घातं बड़े जड़े अस्त्र तीर ते चक्र पत मारना कीते हन करे शस्त्र घातं ओ शस्त्रां दे वी घातं बार कीते पट मारे डरे देव सरबं गिरे लोक सातं ऐसा कुछ कहने जो होया है सारे देव दे टल गए डड़ हो गए कहने सात लोक भी डग पए हान जान पर आत छांद पए अतर कातं गिरे चौर चीरं आए इस्त्रा जिरे अस्त्रा ने ਅਕਾਤੋਂ ਕੀਏ ਜ਼ਖਮ ਹੋਏ ਹਨ ਫੱਟ ਵੱਜ ਲੱਗੇ ਹੋਏ ਹਨ ਫੱਟ ਵੱਜੇ ਹਨ ਗਿਰੇ ਚੌਰ ਚੀਰੋਂ ਦੇਵਤਿਆਂ ਦੇ ਜਿਹੜੇ ਕੋਈ ਰੋਏ ਨੇ ਮਾਰੇ ਨਾ ਸ਼ਾਸਤਰਾਂ ਦੇ ਬਾਹਰ ਤੇ ਫੱਟ ਹੋ ਗਏ ਫਿਰ ਦੇਵਤਿਆਂ ਦੇ ਚੌਰ ਜੇ ਵੀ ਡਿੱਗ ਪਏ ਤੇ ਚੀਰੋਂ ਜਿਹੜੀਆਂ ਸਿਰ ਤੇ ਪੱਗਾਂ ਜਿਹੀਆਂ ਦਸਤਾਰਾਂ ਜਿਹੀਆਂ ਬੰਨੀਆਂ ਸੀ ਉਹ ਵੀ ਡਿੱਗ ਪਈਆਂ ਹਨ ਰੁਲੇ ਤੁਛ ਰੁਲੇ ਤੱਛ ਮੁੱਛਮ ਉੱਠੇ ਤਿਛ ਤੀਰ ਹਾਂ ਰੁਲੇ ਤੱਛ ਮੁੱਛ ਕੀਤੇ ਕਟਵੰਡ ਕੀਤੇ ਹੋਏ ਰੁਲ ਗਏ ਹਨ ਇਸ ਤਰ੍ਹਾਂ ਜਿਹੜੇ ਤਿੱਖੇ ਤੀਰ ਹਨ ਉੱਠੇ ਕੀਏ ਚੱਲੇ ਹਨ ਇਸ ਵੱਲੋਂ ਗਿਰੇ ਸੌਂਡ ਮੁੰਡੰ ਰਣੰ ਭੀਮ ਰੂਪੰ ਜਿਹੜਾ ਜੰਗ ਹੈ ਬੜਾ ਡਰਾਉਣੇ ਰੂਪ ਵਿੱਚ ਭਿਆਨਕ ਰੂਪ ਵਿੱਚ ਹੋ ਗਿਆ ਉੱਥੇ ਜਿਹੜੇ ਮੁੰਡ ਸਿਰ ਹੈ ਤੇ ਹਾਥੀਆਂ ਦੇ ਸੁੰਡ ਹਨ ਉਹ ਵੀ ਵੱਡੇ ਹੋਏ ਡਿੱਗ ਪਏ ਹਨ ਮਨੋ ਖੇਲ ਪਾਉਡੇ ਹਠੀ ਫਾਗ ਜੂਪੰ ਉਹ ਸਰਜੇ ਤੇ ਸੁੰਡ ਜੇ ਹਾਥੀਆਂ ਦੇ ਡਿੱਗੇ ਹੋਏ ਤੇ ਹਾਥੀ ਡਿੱਗੇ ਇਉਂ ਪ੍ਰਤੀਤ ਹੁੰਦੇ ਹੈ ਮਨੋ ਖੇਲ ਪਾਉਡੇ ਹਠੀ ਫਾਗ ਜੂਪੰ ਮਨੋ ਜਿਹੜੇ ਹਠੀਏ ਹੈ ਉਹ ਫਾਕੀ ਹੋਲੀ ਖੇਲ ਕੇ ਅਥਵਾ ਕਹਿੰਦੇ ਜੂਬ ਕੀ ਜੂਆ ਖੇਲ ਕੇ ਹੀ ਉਹ ਪੌਡੇ ਕੀ ਲਿਟੇ ਹੋਏ ਸੁੱਤੇ ਪਏ ਹਨ ਜੰਗ ਪਰਿਆਤ ਛੰਦ ਬਹੇ ਖੱਗਿਅੰ ਖੇਤ ਖਿੰਗੰ ਸੁਤੀਰੰ ਉਸ ਵੇਲੇ ਜਿਹੜੇ ਧੀਰ ਜਵਾਨ ਸੂਰਵੀਰ ਹੈ ਜੋ ਖਿੰਗ ਘੋੜਿਆਂ ਤੇ ਚੱਲੇ ਚੜੇ ਹੋਏ ਹੈ ਉਹਨਾਂ ਵੱਲੋਂ ਖੇਰ ਜੰਗ ਦੇ ਵਿੱਚ ਤੇਰੇ ਖੰਗੋਂ ਕੇ ਸ੍ਰੀ ਸਾਹਿਬ ਵਹਿ ਕੀਏ ਚੱਲੇ ਹਨ ਸੁਭ ਸ਼ਸਤਰ ਸੰਜਾਨ ਸੋ ਸੂਰ ਵੀਰ ਜਿੰਨੇ ਦੇਵਤੇ ਸੂਰ ਵੀਰ ਸੰਜੋਆ ਆਦਿਕ ਜਿਹੜੇ ਹੋਰ ਸ਼ਸਤਰ ਹੈ ਉਹਨਾਂ ਦੇ ਸੋ ਕੀਏ ਨਾਲ ਸੋ ਰਹੇ ਹੈ ਸੋਰੇ ਚੰਗੇ ਲੱਗ ਰਹੇ ਹਨ ਗਿਰੇ ਗੌਰ ਗਾਜੀ ਖੁੱਲੇ ਹੱਥ ਬੱਥੰ ਇਸ ਤਰ੍ਹਾਂ ਜਿਹੜੇ ਗਾਜੀ ਸੂਰਬੀਰ ਉਹ ਵੀ ਡਿੱਗ ਪਏ ਹਨ ਤੇ ਗੌਰ ਜਿਹੜੇ ਕੋਈ ਚਾਰ ਪੈਰਾਂ ਵਾਲੇ ਹਾਥੀ ਘੋੜੇ ਉਹ ਡਿੱਗ ਪਏ ਜਾਂ ਗੌਰ ਨਾ ਬਹਾਦਰ ਦਾ ਵੀ ਹੁੰਦਾ ਗਾਜੀ ਨਾ ਸੂਰਬੀਰ ਜਿਹੜੇ ਬਹਾਦਰ ਸੂਰਬੀਰ ਉਹ ਡਿੱਗ ਪਏ ਹਨ ਖੁੱਲੇ ਹੱਥ ਵੱਖੋਂ ਇਹਨਾਂ ਦੇ ਹੱਥ ਖੁੱਲੇ ਪਏ ਇਸੇ ਤਰ੍ਹਾਂ ਵੱਖੋਂ ਕੀ ਜਿਹੜੇ ਪੋਤੇ ਜੇ ਹਨ ਜਿਵੇਂ ਵੱਡਾ ਸਾਰਾ ਚਾਦਰਾ ਜਿਹਾ ਬੰਨਿਆ ਹੁੰਦਾ ਲੱਖਣ ਵਾਲਾ ਨੂੰ ਕਹਿੰਦੇ ਵੀ ਕੀ ਬੰਨਿਆ ਪੋਥਾ ਕੋਈ ਚਾਦਰਾ ਕਹਿ ਦਿੰਦਾ ਬੰਨਿਆ ਕੋਈ ਪੋਥਾ ਕਹਿ ਦਿੰਦਾ ਇਸ ਤਰ੍ਹਾਂ ਪੋਥੇ ਦੇ ਵੀ ਖੁੱਲੇ ਪਏ ਆ ਚਾਦਰੇ ਵੀ ਖੁੱਲੇ ਪਏ ਆ ਜਾਂ ਬੱਕੀਆਂ ਨੂੰ ਹੱਥ ਲੱਗੇ ਪਏ ਕਈਆਂ ਦੇ ਹੱਥ ਖੁੱਲੇ ਹੋਏ ਹਨ ਨੱਚਿਓ ਰੁਦਰ ਰੁਦਰੰ ਨੱਚੇ ਮੱਛ ਮੱਥੰ ਇਸ ਵੇਲੇ ਕਹਿੰਦੇ ਜਿਹੜਾ ਰੁਦਰ ਸ਼ਿਵ ਜੀ ਹੈ ਉਹ ਭਿਆਨਕ ਰੂਪ ਹੋ ਕੇ ਕਹਿੰਦੇ ਨੱਚਿਆ ਹੈ ਨੱਚੇ ਮੱਛ ਮੱਥੰ ਜਿਹੜੇ ਮੱਛ ਅਵਤਾਰ ਜੀ ਹੈ
ਇਹਨਾਂ ਮੱਛਾ ਕਹਿੰਦੇ ਨਖਰਿਆ ਇਧਰ ਉਧਰ ਹੋ ਰਿਹਾ ਹੈ ਰਸਾਵਲ ਛੰਦ ਮਹਾਵੀਰ ਗੱਜੇ ਮਹਾਨ ਜਿਹੜੇ ਸੂਰਵੀਰ ਦੇਵਤੇ ਉਹ ਗੱਜੇ ਹਨ ਸਭੰ ਸ਼ਸਤਰ ਸੱਜੇ ਸੁਭੰ ਸ਼ਸਤਰ ਸੱਜੇ ਸ਼ਸਤਰ ਸਜਾਏ ਹੋਏ ਸੁਭੰ ਕੀਏ ਸੋਭ ਰਹੇ ਹਨ ਬੱਦੇ ਗੱਜ ਗੱਜ ਗਾਹ ਕਹਿੰਦੇ ਸੂਰਵੀਰਾਂ ਨੇ ਗੱਜ ਗਾਹੇ ਕਾਹੂ ਕੀ ਜੰਗੀ ਗਾਨੇ ਵਧੇ ਹੋਏ ਜਾਂ ਗਜੰਗੋਂ ਇੱਕ ਸ਼ਸਤਰ ਦਾ ਨਾਂ ਹੈ ਇਹ ਗਜੰਗਾ ਨਾਮ ਦੇ ਸ਼ਸਤਰ ਵੀ ਬੰਨੇ ਹੋਏ ਹਨ ਜੰਗੀ ਗਾਨੇ ਬੰਨੇ ਹੋਏ ਹਨ ਸੋਹੂਰੰ ਉਛਾਹ ਜਿਨ੍ਹਾਂ ਨੂੰ ਦੇਖ ਕੇ ਜਿਹੜੀਆਂ ਹੂਰਾਂ ਉਹਨਾਂ ਨੂੰ ਬੜਾ ਉਤਸ਼ਾਹ ਹੋ ਰਿਹਾ ਚਾ ਚੜੇ ਰਿਹਾ ਹੈ ਰਸਾਵਲ ਛੰਦ ਢਲਾ ਢੁਕ ਢਾਲ ਢਾਲਾਂ ਦੇ ਟੁੱਕ ਟੁੱਕ ਦੀ ਢਲਾ ਕੀ ਆਵਾਜ਼ ਹੋ ਰਹੀ ਖੜਾਕ ਹੋ ਰਿਹਾ ਹੈ ਝਮੀ ਤੇਗ ਕਾਲ ਹਾਂ ਸਾਰਿਆਂ ਦਾ ਕਾਲ ਰੂਪ ਮੌਤ ਰੂਪ ਜਿਹੜੀ ਤਲਵਾਰ ਹੈ ਚਮਕੀ ਚਮਕੀ ਲਿਸ਼ਕ ਰਹੀ ਹੈ ਕਟਾ ਕਾਟ ਬਾਹੈ ਕਿਉਂ ਕਟਾ ਬਟੀ ਕਰਨ ਵਾਸਤੇ ਚਲਾਉਂਦੇ ਹਨ ਉਹ ਜੀਤ ਚਾਹੈ ਜੋਵੇਂ ਉਧਰ ਸੰਖਾਸਰ ਦੈਤੀ ਇਧਰ ਮਛੇ ਅਵਤਾਰ ਵੀ ਆਪਣੀ ਫਤਿਹ ਜਿੱਤ ਚਾਹੁੰਦੇ ਹਨ ਸਾਵਲ ਛੰਦ ਮੁਖੰ ਮੁੱਛ ਬੰਕੀ ਜਿਹੜੇ ਕਸੂਰ ਵੀਰ ਹੈ ਉਹਨਾਂ ਨੇ ਮੁੱਖ ਦੀਆਂ ਜਿਹੜੀਆਂ ਮੁੱਛਾਂ ਦੀਆਂ ਬੰਕੀਆਂ ਟੇਢੀਆਂ ਕੁੰਡੀਆਂ ਕੀਤੀਆਂ ਹੋਈਆਂ ਤਮੰ ਤੇਗ ਅਤੰਕੀ ਇਸ ਤਰ੍ਹਾਂ ਆਪਣੇ ਹੱਥਾਂ ਵਿੱਚ ਗੁੱਸੇ ਵਿੱਚ ਆ ਕੇ ਡਰਾਉਣੀਆਂ ਤੇਗਾਂ ਲਈਆਂ ਫਿਰ ਗੌਰ ਗਾਜੀ ਜਿਹੜੇ ਗੌਰ ਕੇ ਬਹਾਦਰ ਸੂਰਮੇ ਮੈਦਾਨੇ ਜੰਗ ਵਿੱਚ ਫਿਰ ਰਹੇ ਵਿਚਰ ਰਹੇ ਨਚੈ ਤੁੰਦ ਤਾਜੀ ਜਿਹੜੇ ਤੇਜ ਘੋੜੇ ਬੜੇ ਤੇਜ ਹੋ ਕੇ ਨੱਚ ਰਹੇ ਛਾਲਾ ਮਾਰ ਰਹੇ ਭੁਜੰਗ ਛੰਦ ਭਰਿਓ ਰੋਸ ਸੰਖਾਸੁਰੰ ਦੇਖ ਸੈਨ ਇਸ ਤਰ੍ਹਾਂ ਕਰੇ ਜਿਹੜਾ ਸੰਖਾਸੁਰ ਦੇਵ ਹੈ ਉਹ ਦੇਵਤਿਆਂ ਦੀ ਸੈਨਾ ਦੇਖ ਕੇ ਗੁੱਸੇ ਵਿੱਚ ਭਰ ਗਿਆ ਹੈ ਤਪੇ ਵੀਰ ਬਰਕਤੰ ਕੀਏ ਰਕਤ ਨੈਣ ਜਿਹੜੇ ਸੂਰ ਵੀਰੋ ਤਪੇ ਕੀਏ ਤਪ ਗਏ ਹੈ ਮੂੰਹ ਤੇ ਨੇਤਰ ਲਾਲ ਕਰ ਗਏ ਹਨ ਪੂਜਾ ਠੋਕ ਭੂਪੰ ਕਰਿਓ ਨਾਦ ਉੱਚੰ ਇੱਧਰ ਜਿਹੜਾ ਸੰਖਾਸਰ ਦੈਤ ਰਾਜਾ ਹੈ ਉਹਨੇ ਕਿ ਬਾਹਾਂ ਠੋਕ ਕੇ ਬਾਹਾਂ ਤੇ ਹੱਥ ਜਾ ਮਾਰ ਕੇ ਬੜਾ ਉੱਚਾ ਆਵਾਜ਼ਾ ਕੀਤਾ ਹੈ ਸੁਨੇ ਗਰਭ ਆਨ ਕੇ ਗਰਭ ਮੁੱਚੰ ਸੰਖਾਸਰ ਦੈਤ ਰਾਜੇ ਦੇ ਆਵਾਜ਼ੇ ਨੂੰ ਸੁਣ ਕੇ ਜਿਹੜੀਆਂ ਹਵਲ ਵਾਲੀਆਂ ਗਰਭ ਇਸਤਰੀਆਂ ਸੀ ਉਹਨਾਂ ਦੇ ਗਰਭ ਕਹਿੰਦੇ ਗਿਰ ਗਏ ਹਨ ਜੰਗ ਲੱਗੇ ਠਾਮ ਠਾਮ ਦਮਾਮੰਗ ਦਮੰਕੇ ਹਾਂ ਜਿਹੜੇ ਦਮਾਮੋ ਕੇ ਧੰਸੇ ਹਨ ਉਹ ਥਾਂ ਥਾਂ ਕਹਿੰਦੇ ਇਸ ਤਰ੍ਹਾਂ ਦਮੰਕੇ ਲੱਗੇ ਉਹ ਦਮਕਣ ਲੱਗੇ ਵੱਜਣ ਲੱਗੇ ਹਨ ਥਾਂ ਥਾਂ ਧੰਸੇ ਜਿਹੜੇ ਦਮੰਕੇ ਲੱਗੇ ਵੱਜਣ ਲੱਗੇ ਹਨ ਖੁੱਲੇ ਖੇਤ ਮੋਖ ਅੱਗ ਖੂਨੀ ਖਿਮੰਕੇ ਇਸ ਤਰ੍ਹਾਂ ਜਿਹੜੇ ਖੂਨੀ ਸੂਰਵੀਰ ਹੈ ਉਹਨਾਂ ਦੇ ਹੱਥਾਂ ਵਿੱਚ ਖੂਨੀ ਤੇਗੇ ਲਏ ਹੋਏ ਹੈ ਖੁੱਲੇ ਨੰਗੇ ਕੀਤੇ ਮਿਆਨਾਂ ਤੋਂ ਬਾਹਰ ਖੇਚ ਉੱਤੇ ਹੋਏ ਖੇਤ ਮੋਖ ਖਿਮੰਕੇ ਜੰਗ ਵਾਲੇ ਥਾਰਨ ਖੇਤ ਵਿੱਚ ਖੁਮਕੇ ਕੀਏ ਲਿਸ਼ਕੇ ਹਨ ਚਮਕ ਰਹੇ ਹਨ ਭਏ ਕਰੂਰ ਭਾਂਤੰ ਕਮਾਨੰ ਕੜਕੇ ਬੜੇ ਕਹਿੰਦੇ ਡਰਾਉਣੀ ਤਰ੍ਹਾਂ ਦੇ ਹੋ ਰਹੇ ਹੈ ਸੂਰਵੀਰ ਕਮਾਣਾ ਕਣਕ ਰਹੀਆਂ ਨੱਚੇ ਵੀਰ ਬੈਤਾਲ ਭੂਤੰ ਭੜਕੇ ਹਾਂ ਉੱਥੇ ਜਿਹੜੇ 52 ਵੀਰ ਹੈ ਤੇ ਬੈਤਾਲ ਭੂਤਾਂ ਦੇ ਸਰਦਾਰ ਹਨ ਉਹ ਵੀ ਕਹਿੰਦੇ ਨੱਚ ਰਹੇ ਖੁਸ਼ੀ ਤੇ ਭੜਕ ਰਹੇ ਹਨ ਜੰਗ ਗਿਰਿਓ ਆਯੁਧੰ ਸਾਯੁਧੰ ਵੀਰ ਖੇਤੰ ਹਾਂ ਉੱਥੇ ਜਿਹੜੇ ਸੂਰ ਵੀਰ ਹੈ ਆਯੁਧ ਸ਼ਸਤਰਾਂ ਦੇ ਅਸਤਰਾਂ ਦੇ ਸਹਿਤ ਜੰਗ ਮੈਦਾਨੇ ਵਿੱਚ ਗਿਰਿਓ ਕੀ ਗਿਰ ਪਏ ਡਿੱਗ ਪਏ ਹਨ ਨੱਚੇ ਕੰਧਹੀਣ ਕਮਤੰ ਅਚੇਤੰ ਇਸ ਤਰ੍ਹਾਂ
कमर किए धरतों बगैर इनो बिना जरे कंध किए सिरहान ओ अचेतों बेसुरत होए हुए नच रहे हन खुद ठग खूनी ख्यालंख तंगं इस तरह कहते जिनिया खूनी तलवारा है वो खुले के नंगिया कीतिया हुई सूरबीरा ने ख्यालंख तंगं तीरां दे चलाउंदे विच ख्याल विच लगे हुए भी तलवारा नंगिया कीतिया ते तीरां दा ख्याल कर रहे चलाउण दा भजे कातरंग सूर भजे निहंगं आओ सवेरे जिहड़े कैर है उह तां भज गए हन कैर हो के ते जिहड़े सूर वीर कई तां कैर हो के भज गए ते भजे निहंगं जिहड़े निहंग कीए सूर में वो बजे किए खड़पे वो ललकारे मारन लगे हैं पुजांग कटे चरम बरम गिरियो सत्र शास्त्रं शास्त्रं आयश्रा कहते बैरी दाशरा शास्त्र डिग पिया है ते चम चरम जड़ी ढाल है वो भी कट्टी गई है ते बरमो संजो भी कट्टी गई है बैरी दा जरा शास्त्र फड़िया श्री साहब ਵੀ ਡਿੱਗ ਪਿਆ ਹੈ ਪੱਕੇ ਪੈ ਭਰੇ ਭੂਤ ਭੂਮੰ ਨਿਰਸਤਰੰ ਉਹ ਸਵੇਰੇ ਕਹਿੰਦੇ ਪੈ ਦੇ ਨਾਲ ਭਰੇ ਹੋਏ ਪੈ ਕੇ ਵੀ ਇਹ ਬੋਲਦੇ ਹਨ ਭੂਤ ਇਸ ਤਰ੍ਹਾਂ ਧਰਤੀ ਤੇ ਕਈ ਬਿਨਾਂ ਸ਼ਸਤਰਾਂ ਤੋਂ ਪਏ ਹੋਏ ਹਨ ਰਣ ਰੰਗ ਰਤੇ ਸਭੀ ਰੰਗ ਭੂਮੰ ਸਾਰੇ ਜੰਗ ਦੇ ਰੰਗ ਵਿੱਚ ਪ੍ਰੇਮ ਵਿੱਚ ਰਤੇ ਹੋਏ ਹੈ जो रंग भूमका जंग भूमका है जोत मदंग बली चूम चूम जेड़े बली सूर वीर झूम दे जंग जुद वाले थां डिग पे हन मर मर के शहीद होके जंग पयो दुंद जुदंग रणन संख मच्छं अखीरी कहने संखासर दैन दा ते मच्छ अवतार दा दुंद किए दोहां दा ਬੜਾ ਭਾਰੀ ਯੁੱਧ ਸ਼ੁਰੂ ਹੋਇਆ ਮਨੋ ਦੋ ਗਿਰੰਗ ਯੁੱਧ ਜੁਟੇ ਸਪੱਛਣ ਮਨੋ ਦੋ ਜਿਹੜੇ ਪਹਾੜ ਹੈ ਖੰਭਾਂ ਦੇ ਸਹਿਤ ਉਹ ਖੰਭਾਂ ਵਾਲੇ ਜਿਹੜੇ ਹਰ ਆਪੋ ਵਿੱਚ ਹੀ ਕਹਿੰਦੇ ਜੁੜੇ ਹੋਏ ਆਪੋ ਵਿੱਚ ਹੀ ਲੜ ਰਹੇ ਕੱਟੇ ਮਾਸ ਟੁਕੰ ਭਖੇ ਗ੍ਰਿਧ ਗ੍ਰਿਧੰ ਮਾਸ ਦੇ ਕਹਿੰਦੇ ਟੁਕੜੇ ਟੁਕੜੇ ਹੋ ਗਏ ਕੱਟਿਆ ਹੋਇਆ ਉਹਨਾਂ ਨੂੰ ਬੜੀਆਂ ਬੜੀਆਂ ਜਿਹੜੀਆਂ ਗਿਰਜਾਂ ਉਹ ਖਾ ਰਹੀਆਂ ਹਸੀ ਜੋਗਣੀ ਚੌਸਠਾ ਸੂਰ ਸੁਤੰ ਦੋਹਾਂ ਦਾ ਜੰਗ ਜੰਦਾ ਹੁੰਦੇ ਕਿ ਛੋੜ ਜੋਗਣੀਆਂ ਖਿੜਖੜਾ ਕੇ ਹੱਸੀਆਂ ਹਨ ਚੰਗੇ ਜਿਹੜੇ ਸੁਧ ਚੰਗੇ ਚੰਗੇ ਸੂਰ ਵੀਰ ਵੀ ਹੱਸ ਰਹੇ ਜੰਗ ਕੀਓ ਉਧਾਰ ਬੇਦੰ ਹਤੇ ਸੰਖ ਬੀਰੰ ਅਖੀਰੇ ਕਹਿੰਦੇ ਜਿਹੜਾ ਸੰਖਾਸਰ ਸੂਰ ਵੀਰ ਸੀ ਉਸਨੂੰ ਮਾਛਾ ਉਤਾਰ ਨੇ ਮਾਰ ਦਿੱਤਾ ਜਿਹੜਾ ਸਿੰਘ ਜਿਹਾ ਸੀ ਮਾਰ ਕੇ ਤੇ ਬੇਦਾਂ ਦਾ ਉਧਾਰ ਕੀਤਾ ਬੇਦਾਂ ਨੂੰ ਲਿਆਉਣਾ ਕੀਤਾ ਹੈ ਸਜਿਓ ਮਾਛ ਰੂਪੰ ਸਜਿਓ ਸੁੰਦਰ ਚੀਰੰ ਜਿਹੜਾ ਮਾਛ ਦਾ ਸਰੂਪ ਮਾਛ ਦਾ ਰੂਪ ਆਕਾਰ ਧਾਰਨ ਕਰ ਕੀਤਾ ਸੀ ਉਹ ਭਗਵਾਨ ਨੇ ਛੱਡ ਦਿੱਤਾ ਹੈ ਸਜਿਓ ਸੁੰਦਰ ਚੀਰੰ ਸੋਹਣੇ ਵਸਤਰਾਂ ਸਹਿਤ ਸਜ ਬਗਿਆ ਸੋਹਣੇ ਸਰੂਪ ਦੇ ਵਿੱਚ ਸਜ ਬਗਿਆ ਭਗਵਾਨ ਸਭਾ ਦੇਵ ਥਾਪੇ ਕੀਓ ਦੁਸ਼ਟ ਨਾਸੰ ਸਾਰੇ ਦੇਵਤਿਆਂ ਨੂੰ ਆਪਣੇ ਆਪਣੇ ਸਥਾਨਾਂ ਤੇ ਸਥਾਪਨ ਕੀਤਾ ਟਿਕਾਇਆ ਹੈ ਦੁਸ਼ਟ ਸੰਖਾਸਰ ਦੇਣ ਦਾ ਨਾਸ਼ ਕਰ ਦਿੱਤਾ ਹੈ ਤਰੇ ਸਰਬ ਦਾਨ ਭਰੇ ਜੀਵ ਤ੍ਰਾਸੰ ਜਿਹੜੇ ਸੰਖਾਸਰ ਦੇਣ ਦੇ ਨਾਲ ਬਾਕੀ ਟਾਲੋ ਸੀ ਉਹ ਤਲ ਗਏ ਹਨ ਇਧਰ ਉਧਰ ਹੋ ਗਏ ਬਾਕੀ ਜਿਹੜੇ ਜੀਵ ਸੀ ਉਹ ਵੀ ਕਹਿੰਦੇ ਡਰ ਗਏ ਹਨ ਤ੍ਰਿਭੰਗੀ ਛੰਦ ਸੰਖਾਸੁਰ ਮਾਰੇ ਬੇਦ ਉਧਾਰੇ ਗੁਰੂ ਸਿੰਘ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਉਹ ਭਗਵਾਨ ਵਿਸ਼ਨੂੰ ਨੇ ਸੰਖਾਸੁਰ ਨੂੰ ਮਾਰਿਆ ਮਛ ਅਵਤਾਰ ਧਾਰਨ ਕਰਕੇ ਤੇ ਬੇਦਾਂ ਦਾ ਉਧਾਰ ਕੀਤਾ ਬੇਦਾਂ ਨੂੰ ਲਿਆਂਦਾ ਸਤਰ ਸੰਘਾਰੇ ਜਸ ਲੀਨੋ ਦੇਵਤਿਆਂ ਦੇ ਬ੍ਰਹਮਾ ਦੇ ਜਿਹੜੇ ਬ੍ਰਹਮਾ ਬੈਰੀ ਸੀ ਨਾ ਸੰਖਾਸਰ ਤੇ ਹੋਰ ਦਾਨੋ
ਉਨੋ ਮਾਰਿਆ ਤੇ ਜਸ ਲਿਆ ਜਸ ਪ੍ਰਾਪਤ ਕੀਤਾ ਦੇਵੇ ਸੁ ਬੁਲਾਇਓ ਰਾਜ ਬਿਠਾਇਓ ਫਿਰ ਭਗਵਾਨ ਨੇ ਦੇਵਤਿਆਂ ਦੇ ਈਸ਼ ਇੰਦਰ ਨੂੰ ਬੁਲਾਇਆ ਰਾਜ ਗੱਦੀ ਤੇ ਬਿਠਾਇਆ ਛਤਰ ਫਿਰਾਇਓ ਸੁਖ ਦੀਨੋ ਸਿਰ ਤੇ ਚੌਰ ਛਤਰ ਫਿਰਾਇਆ ਹੈ ਓ ਸੁਖ ਬਖਸ਼ਿਆ ਹੈ ਕੋ ਕੋਟੰਗ ਬਜੇ ਬਾਜੇ ਅਮਰੇ ਸੁਰ ਗਾਜੇ ਕਰੋੜਾ ਕਹਿੰਦੇ ਫਿਰ ਬਾਜੇ ਬੱਜੇ ਹਨ ਦੇਵਤੇ ਸੁਖੀ ਵਿੱਚ ਗੱਜ ਰਹੇ ਹਨ ਬੋਲ ਰਹੇ ਹਨ ਸੁਭ ਘਰ ਸਾਜੇ ਸ਼ੋਕ ਹਰੇ ਆਪੋ ਆਪਣੇ ਚੰਗੇ ਘਰ ਸਜਾ ਸੁਜਾ ਲਹੇ ਹਨ ਸ਼ੋਕ ਜਿਹੜੇ ਨਾਸ ਕਰ ਲਏ ਹਨ ਸ਼ੋਕ ਖਤਮ ਹੋ ਗਏ ਹਨ ਤੈ ਕੋਟਕ ਦਕਸ਼ਨਾ ਕੋਰ ਪ੍ਰਦਕਸ਼ਨਾ ਇਸ ਤਰ੍ਹਾਂ ਕਹਿੰਦੇ ਦੇਵਤਿਆਂ ਨੇ ਉਹ ਜਿਹੜਾ ਮੱਛ ਅਵਤਾਰ ਦਾ ਆਕਾਰ ਛੱਡ ਕੇ ਸੋਹਣਾ ਸੁੰਦਰ ਸਰੂਪ ਧਾਰਨ ਕੀਤਾ ਭਗਵਾਨ ਨੇ ਉਹਦੀ ਕਰੋੜਾਂ ਦਰਸ਼ਨਾਂ ਦਿੱਤੀਆਂ ਕਰੋੜਾਂ ਪਰਮਕਰਮਾ ਕੀਤੀਆਂ ਤੇ ਕਰੋੜਾਂ ਤਰ੍ਹਾਂ ਦੀਆਂ ਦਰਸ਼ਨਾਵਾਂ ਦਿੱਤੀਆਂ ਭੇਟਾਵਾਂ ਦਿੱਤੀਆਂ ਹਨ ਆਨਸ ਮੱਛ ਕੇ ਪਾਏ ਪਰੇ ਆ ਕੇ ਜਿਹੜਾ ਮੱਛ ਅਵਤਾਰ ਭਗਵਾਨ ਨੇ ਧਾਰਿਆ ਸੀ ਉਹਦੇ ਚਰਨੀ ਪੈ ਗਏ ਹਨ ਸਜਗ ਦੇ ਵਿੱਚ ਪਹਿਲਾ ਅਵਤਾਰ ਭਗਵਾਨ ਵਿਸ਼ਨੂੰ ਦਾ ਮੱਛ ਅਵਤਾਰ ਹੋਇਆ ਹੈ ਇਸ ਮੱਛ ਅਵਤਾਰ ਨੂੰ ਫਿਰ ਉਹ ਸ਼ੰਖਾਸੁਰ ਦੈਂਤ ਨੂੰ ਮਾਰ ਕੇ ਫਿਰ ਜਿਹੜਾ ਸੱਤ ਵਰਤ ਰਾਜ ਰਿਖੀ ਸੀ ਤੇ ਬਾਕੀ ਰਿਖੀ ਸੀ ਉਹਨਾਂ ਨੂੰ ਕਹਿੰਦੇ ਉਪਦੇਸ਼ ਦਿੱਤਾ ਸੀ ਤੇ ਉਹ ਫਿਰ ਜਿਹੜਾ ਉਪਦੇਸ਼ ਦਿੱਤਾ ਸੀ ਉਸ ਪੁਰਾਣ ਦਾ ਨਾਂ ਹੈ ਮਤਸ ਪੁਰਾਣ ਮਤਸ ਨੂੰ ਮੱਛ ਦਾ ਹੁੰਦਾ ਵੀ ਉਹ ਮੱਛ ਅਵਤਾਰ ਧਾਰਨ ਕਰਕੇ ਜਿਹੜਾ ਉਹ ਸਿੱਖੀਆਂ ਨੂੰ ਉਪਦੇਸ਼ ਦਿੱਤਾ ਵਾਰਤਕ ਰੂਪ ਦੇ ਵਿੱਚ ਉਹ ਪੁਰਾਣਾਂ ਵਿੱਚੋਂ ਇੱਕ ਪੁਰਾਣ ਪ੍ਰਸਿੱਧ ਹੈ ਜਿਵੇਂ ਗਰੁੜ ਪੁਰਾਣ ਹੈ ਮਾਰਕੰਡੇ ਪੁਰਾਣ ਹੈ ਦੇਵੀ ਭਾਗਵਤ ਪੁਰਾਣ ਹੈ ਸ੍ਰੀਮਦ ਭਾਗਵਤ ਪੁਰਾਣ ਹੈ ਸ਼ਿਵ ਪੁਰਾਣ ਹੈ ਬ੍ਰਹਮ ਪ੍ਰਮਾਣ ਹੈ ਇਸੇ ਤਰ੍ਹਾਂ ਉਹਨਾਂ ਦੇ ਵਿੱਚੋਂ ਇੱਕ ਮਤਸ ਪੁਰਾਣ ਹੈ ਉਹ ਮਤਸ ਪੁਰਾਣ ਦੇ ਵੀ ਸਾਰਾ ਜਿਵੇਂ ਉਪਦੇਸ਼ ਦਿੱਤਾ ਹੈ ਉਹਦੇ ਕੁਛ ਲਿਖਿਆ ਹੋਇਆ ਹੈ ਆਹ ਜਿਵੇਂ ਭਗਵਾਨ ਵਿਸ਼ਨੂੰ ਨੇ ਮੱਛ ਅਵਤਾਰ ਧਾਰਨ ਕਰਕੇ ਸਿੰਘਸਰ ਦੈਨ ਦਾ ਖਾਤਮਾ ਕੀਤਾ ਸੀ ਉਹ ਗੁਰੂ ਕਲਗੀਧਰ ਜੀ ਨੇ ਆਪਣੀ ਸੋਹਣੀ ਬਾਣੀ ਦੁਆਰਾ ਉਹਨੂੰ ਸੂਤਰ ਰੂਪ ਦੇ ਵਿੱਚ ਹੀ ਕਥਨ ਕੀਤਾ ਹੈ ਉਹ ਆਪਾਂ ਇਹ ਪੜ੍ਹਿਆ ਵਿਚਾਰਿਆ ਹੈ ਇਸ ਤੋਂ ਬਾਅਦ ਜਿਵੇਂ ਕੱਛੂ ਦਾ ਅਵਤਾਰ ਵਿਸ਼ਨੂੰ ਨੇ ਧਾਰਿਆ ਸੀ ਕੱਛੂ ਬਣ ਕੇ ਇਹ ਵੇਦ ਲਿਆਂਦੇ ਸਨ ਜਿਹੜਾ ਹਿਰਨ ਕਸ਼ਪ ਲੈ ਗਿਆ ਸੀ ਦੇਖ ਲਓ ਇਹਨਾਂ ਤੋਂ ਤਾਂ ਪੁਸਤਕਾਂ ਵੀ ਨਹੀਂ ਸੰਭਾਲੀਆਂ ਜਾਂਦੀਆਂ ਆਪਣੀਆਂ ਹੋਰ ਇਹਨਾਂ ਨੇ ਕੀ ਕਰਨਾ ਬਸ ਜੈ ਜੈ ਕਰਨ ਵਾਲੇ ਪੁੱਲ ਬਰਸਾਉਣ ਵਾਲੇ ਹੀ ਹੈ ਉਹ ਕਹਿੰਦੇ ਵੀ ਦੇਵਤੇ ਬੜੇ ਸ਼ਕਤੀਆਂ ਵਾਲੇ ਇਹਨਾਂ ਨੂੰ ਬਲੀਆਂ ਦਿੰਦੇ ਫਿਰਦੇ ਲੋਕ ਕਰਦੇ ਕੁਰਦੇ ਕੁਛ ਨਹੀਂ ਸਾਰੇ ਖੁਸਰੇ ਨੇ ਰਹੋ ਵਿਚਾਰ ਉਹ ਜਿਵੇਂ ਦੂਜਾ ਕੱਛ ਅਵਤਾਰ ਭਗਵਾਨ ਨੇ ਧਾਰਿਆ ਸੀ ਉਹ ਆਪਾਂ ਇਹ ਸਰਵਣ ਕਰਾਂਗੇ ਕੱਲ ਦੇ ਦੀਵਾਨ ਵਿੱਚ ਹਾਂਜੀ ਇਤ ਸ੍ਰੀ ਵਿਚਿੱਤਰ ਨਾਟਕੇ ਹਾਂ ਇਤ ਹੀ ਹੋਇਆ ਸਮਾਪਤ ਹੋਇਆ ਵਿਚਿੱਤਰ ਨਾਟਕ ਨਾਮ ਦਾ ਜਿਹੜਾ ਇਹ ਪੁਸਤਕ ਹੈ ਜਾਂ ਜਿਹੜਾ ਤਮਾਸ਼ਾ ਹੈ ਮੱਛ ਅਵਤਾਰ ਕਥਨ ਜਿਹਦੇ ਵਿੱਚ ਮੱਛ ਅਵਤਾਰ ਜਿਵੇਂ ਭਗਵਾਨ ਨੇ ਕੀਤਾ ਉਹਦਾ ਕਥਨ ਕੀਤਾ ਸੰਖਾਸੁਰ ਵੱਧ ਹੈ ਜਿਵੇਂ ਸੰਖਾਸੁਰ ਨੂੰ ਵਧਾ ਕੇ ਮਾਰਨਾ ਕੀਤਾ ਹੈ ਉਹ ਪ੍ਰਸੰਗ ਮਾਸ਼ਿਆ ਅਵਤਾਰ ਤੇ ਸੰਖ ਦਾ ਇੱਥੇ ਇਤੀ ਹੋਇਆ ਸਮਾਪਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਅਚੁੱਤ ਹੇ ਪਾਰਬ੍ਰਹਮ ਅਵਨਾਸ਼ੀ ਅਗਨਾਥ ਹੇ ਪੂਰਨ ਹੇ ਸਰਵ ਵੈ ਦੁਖ ਪੰਜਨ ਗੁਣ ਸਾਰ ਹੇ ਸੰਗੀ ਹੇ ਨਿਰੰਕਾਰ
हे निर्गुण सवते हे गोविंद हे गुण निदान जानके सदा कभे हे अपरंपर हर हरे व्यापी हो वनहार हे संतां का सदा संग निदाराया धार हे ठाकुर हां दासरो मैं निर्गुण गुण नहीं को नानक जी जय नाम दान रखो ही परो आए प्रभु शरणांगति कृपा निध दयाल एक अखर हर मन वसत नानक होत निहाल वाहिगुरु नाम जहाज है चरे सुतरे पार जो सरदा कर सेवन दे गुरु पारे उतारन हार जो सरदा कर सेवन दे